ਮਿਲਣੀ ਹੈ। ਇਹ ਮਨ ਦੇ ਵਿੱਚ ਰੱਖਣਾ ਜਿੰਨੇ ਨੌਜਵਾਨ ਆ, ਜਦੋਂ ਤੁਹਾਡਾ ਆਨੰਦ ਕਾਰਜ ਹੋਣਾ ਆ ਬਾਕੀ ਸਾਰੀਆਂ ਚੀਜ਼ਾਂ ਚੱਲੀ ਜਾਣੀਆਂ, ਕੱਪੜੇ ਜਿਹੜੇ ਮਰਜ਼ੀ ਪਾ ਲਿਓ ਕੋਈ ਨਹੀਂ ਫਰਕ ਪੈਣਾ, ਸਿੱਖੀ ਵਾਲੇ ਹੋਣੇ ਚਾਹੀਦੇ ਆ, ਭਾਵਨਾ ਵਾਲੇ ਹੋਣੇ। ਤੁਸੀਂ ਇਹ ਦੇਖਣਾ ਗੁਰੂ ਦੀ ਖੁਸ਼ੀ ਅਸੀਂ ਕਿੱਦਾਂ ਲੈਣੀ, ਜਿਹੜੀ ਉੱਥੇ ਸੰਗਤ ਬੈਠੀ ਹੋਈ ਆ ਉਹਦੀ ਖੁਸ਼ੀ ਕਿੱਦਾਂ ਲੈਣੀ, ਕਿਉਂਕਿ ਸੰਗਤ ਨੇ ਅਰਦਾਸ ਕਰਨੀ ਆ ਨਾ ਸੰਗਤ ਨੇ, ਅਤੇ ਇਹ ਚੀਜ਼ ਉੱਥੇ ਮਿਲ ਜਾਣੀ, ਫਿਰ ਕੀ ਹੋਊਗਾ, ਫਿਰ ਇਹ ਪਤੀ ਪਤਨੀ ਇੱਕ ਜੋਤ ਹੋ ਜਾਣਗੇ। ਉੱਥੇ ਕਿਤੇ ਕਮੀ ਰਹਿ ਗਈ, ਫਿਰ ਮਿਹਨਤ ਕਰਨੀ ਪੈਂਦੀ ਆ। ਹੁਣ ਆਪਾਂ ਅੱਗੇ ਚੱਲਦੇ ਹਾਂ, ਜਦੋਂ ਹਾਲੇ ਆਨੰਦ ਕਾਰਜ ਨਹੀਂ ਹੁੰਦਾ, ਸ਼ੁਰੂਆਤ ਹੁੰਦੀ ਆ, ਬੱਚਾ ਬੱਚੀ ਜਵਾਨ ਹੋ ਗਿਆ ਆ, ਅਤੇ ਵੱਟ ਟਾਈਪ ਆਫ ਡਿਸਕਸ਼ਨ ਉਹਨਾਂ ਦੀ, ਕਿਸ ਤਰ੍ਹਾਂ ਦੀ ਗੱਲਬਾਤ, ਕਿਸ ਤਰ੍ਹਾਂ ਦੇ ਕੁਸਚਨ ਆਂਸਰ ਉਹ ਇੱਕ ਦੂਜੇ ਨੂੰ ਕਰ ਸਕਦੇ ਆ, ਜਾਂ ਪੇਰੈਂਟਸ ਕਰ ਸਕਦੇ, ਜਾਂ ਬੱਚਾ ਬੱਚੀ ਕਰ ਸਕਦੇ, ਮਚੋਰ ਹੋ ਜਾਂਦੇ, ਤੁਸੀਂ ਕਿਸ ਤਰ੍ਹਾਂ ਦੇ ਕੁਸਚਨ ਆਂਸਰ ਜਿਹੜੇ ਆ, ਕਿਹੜੇ ਕਿਹੜੇ ਟੋਪਿਕ ਜਿਹੜੇ ਅਸੀਂ ਟੱਚ ਕਰ ਸਕਦੇ ਹੈਗੇ ਆ। ਕਈ ਵਾਰੀ ਹੁੰਦਾ ਆ ਅਤੇ ਸਾਨੂੰ ਪਤਾ ਨਹੀਂ ਲੱਗਦਾ ਉਹਨੂੰ ਪੁੱਛੀਏ ਕਿ ਕਿਹੜੀ ਗੱਲ ਕਰਨੀ ਆ। ਮੋਸਟਲੀ ਕੀ ਹੁੰਦਾ ਕਿ ਜਿਸ ਤਰ੍ਹਾਂ ਅਸੀਂ ਅੰਮ੍ਰਿਤਧਾਰੀ ਪਰਿਵਾਰ ਹਾਂ, ਅਸੀਂ ਗੁਰਮਤ ਦਾ ਪੱਖ ਤਾਂ ਛੱਡਿਆ ਨਹੀਂ ਨਾ ਜਾ ਸਕਦਾ, ਇਹ ਤਾਂ ਪਹਿਲਾ ਆ, ਬਸ ਗੁਰਮਤ ਦੇ ਪੱਖ ਤੱਕ ਸੀਮਤ ਰਹਿ ਜਾਂਦੇ। ਤੂੰ ਨਿਤਨੇਮ ਕਰਦਾ ਆ, ਕਰਦੀ ਹੈ, ਤੁਹਾਡਾ ਅੰਮ੍ਰਿਤ ਵੇਲਾ ਹੈਗਾ ਹੈ ਨਹੀਂ ਹੈਗਾ, ਇਸ ਤਰ੍ਹਾਂ ਤੱਕ ਸੀਮਤ ਰਹਿ ਜਾਂਦੇ ਆ। ਜਿਹੜੀਆਂ ਲਾਈਫ ਦੇ ਵਿੱਚ ਬਾਕੀ ਹਰਡਲਸ ਆਉਣੇ ਆ, ਜਿਹੜੇ ਚੈਲੰਜਸ ਆਉਣੇ ਆ, ਉਹਨਾਂ ਦੇ ਬਾਰੇ ਡਿਸਕਸ਼ਨ ਕਈ ਵਾਰੀ ਨਹੀਂ ਹੁੰਦੀ, ਅਤੇ ਸਾਨੂੰ ਫਿਰ ਕੀ ਹੁੰਦਾ, ਕਈ ਵਾਰੀ ਬੰਦਾ ਸੋਚਦਾ ਆ ਕਿ ਇਹ ਕੀ ਹੋ ਗਿਆ। ਪਰ ਇੱਕ ਚੀਜ਼ ਹੋਰ ਵੀ ਹੈਗੀ ਆ, ਇਹ ਸਾਡੀਆਂ ਸਿਆਣਪਾਂ ਸੂਣਪਾਂ ਕਿਸੇ ਕੰਮ ਨਹੀਂ ਆਉਂਦੀਆਂ, ਜਦੋਂ ਅਰਦਾਸ ਹੋ ਜਾਂਦੀ ਮਹਾਰਾਜ ਸਾਰਾ ਕੁਛ ਢੱਕ ਲੈਂਦੇ ਆ। ਇਹ ਨੋਟ ਕਰ ਲਿਓ, ਇਹ ਤਾਂ ਸਿਰਫ ਇਸ ਕਰਕੇ ਆ ਕਿ ਅਸੀਂ ਅੱਜ ਸਾਡਾ ਲੈਵਲ ਨਹੀਂ ਉਹ ਬਣਿਆ ਹੋਇਆ, ਸਾਡੀ ਅਵਸਥਾ ਨਹੀਂ ਉਹ ਬਣੀ ਹੋਈ, ਤਾਂ ਕਰਕੇ ਤੁਹਾਡੇ ਨਾਲ ਡਿਸਕਸ ਕਰਨ ਲੱਗਿਆ ਮੈਂ। ਇਹਦੀ ਲੋੜ ਨਹੀਂ ਸੀ ਵੈਸੇ, ਕਿਉਂਕਿ ਜੋ ਪਾਤਸ਼ਾਹ ਨੇ ਕਰਨਾ ਆ ਉਹ ਕਿਸੇ ਵਿਅਕਤੀ ਨੇ ਨਹੀਂ ਕਰ ਦੇਣਾ, ਜੋ ਮੇਰੇ ਸਤਿਗੁਰੂ ਜੀ ਨੇ ਕਰ ਦੇਣਾ, ਉਹਨਾਂ ਨੇ ਹੋਰ ਕਿਸੇ ਦੇ ਕੋਲ ਇੰਨੀ ਤਾਕਤ ਹੈ ਨਹੀਂ। ਮੇਰੇ ਸੱਚੇ ਪਾਤਸ਼ਾਹ ਦੇ ਵਿੱਚ ਇੰਨੀ ਤਾਕਤ ਹੈ ਕਿ ਜਦੋਂ ਸੋਦਰ ਦਾ ਪਾਠ ਕਰਦੇ ਹੁੰਦੇ ਹਾਂ, ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵੈ ਉਤਮ, ਜਾਂ ਆਹਰ ਹਰ ਜਿਉ ਭਰਿਆ, ਸੈਲ ਪੱਥਰ ਮੈਂ ਜਾਂ ਤੋ ਪਾਏ, ਤਾਂ ਕਾਰਿਜ ਕਾ ਕਹਿ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਧਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੁੱਕੇ ਕਾਸ਼ਟ ਹੁੰਦੀ ਲੱਕੜੀ, ਇਹਨੂੰ ਵੀ ਹਰਿਆ ਕਰ ਦਿੰਦੇ, ਮਤਲਬ ਸਤਿਗੁਰੂ ਜੀ ਜੇ ਸਾਡੇ ਸਤਿਗੁਰੂ ਜੀ ਜਿਹੜੇ ਆ, ਪਰਮੇਸ਼ੁਰ ਹਰ ਇੱਕ ਚੀਜ਼ ਕਰਦਾ, ਗੁਰੂ ਸਾਹਿਬ ਹਰ ਇੱਕ ਚੀਜ਼ ਕਰ ਸਕਦੇ ਹੈਗੇ। ਤਾਂ ਪਰਪਸ ਆਫ ਮੈਰਿਜ ਕੀ ਹੋਣਾ ਚਾਹੀਦਾ ਆ, ਐਕਚੁਅਲੀ ਇਹ ਹੈਗਾ ਆ ਕਿ ਅਸੀਂ ਜਿਹੜੀ ਸਾਡਾ ਸਪਿਰਚੁਅਲ ਲੈਵਲ ਆ ਉਹਨੂੰ ਕਿਵੇਂ ਅਚੀਵ ਕਿਵੇਂ ਕਰਨਾ, ਵੱਧ ਤੋਂ ਵੱਧ ਜਿਹੜਾ ਸੇਮ ਇੱਦਾਂ ਹੀ ਸਪਿਰਚੁਅਲ ਪ੍ਰਪੇਅਰਨੈਸ। ਸੋ ਜਿਹੜਾ ਲਾਈਫ ਪਾਰਟਨਰ ਆ ਉਹ ਤੁਹਾਨੂੰ ਹੈਲਪ ਕਰ ਰਿਹਾ, ਸਪੋਰਟ ਕਰ ਰਿਹਾ ਤੁਹਾਡੇ ਸਪਿਰਚੁਅਲ ਲੈਵਲ ਦੇ ਵਿੱਚ, ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਆ, ਸਾਡਾ ਜਿਹੜਾ ਮਨੁੱਖਾ ਜੀਵਨ ਆ ਬੜਾ ਕੀਮਤੀ ਆ, ਅਤੇ ਤੁਸੀਂ ਇੱਕ ਸਟੈਪ ਲੈਣ ਲੱਗੇ ਹੋ, ਦੈਨ ਦੇ ਸ਼ੁੱਡ ਸਪੋਰਟ, ਦੇ ਸ਼ੁੱਡ ਹੈਲਪ ਦੇਅਰ ਸਪਿਰਚੁਅਲ ਲੈਵਲਸ, ਪਾਰਟਨਰ ਦੇ ਸਪਿਰਚੁਅਲ ਲੈਵਲ ਦੇ ਵਿੱਚ ਉਹਨਾਂ ਦੀ, ਵੀ ਉਹਨਾਂ ਨੂੰ ਅਬੱਬ ਲਿਜਾਣ ਲਈ, ਉਹਨੂੰ ਉੱਪਰ ਲਿਜਾਣ ਦੇ ਲਈ ਇਹ ਹੋਣੀ ਚਾਹੀਦੀ ਆ। ਕਮਿਊਨੀਕੇਸ਼ਨ ਐਂਡ ਅੰਡਰਸਟੈਂਡਿੰਗ ਤੁਹਾਡੇ ਕੋਲ ਜਿਹੜੇ ਨੌਜਵਾਨ ਆ, ਕੀ ਹੋਣਾ ਚਾਹੀਦਾ, ਸਟਰੋਂਗ ਕਮਿਊਨੀਕੇਸ਼ਨ ਸਕਿੱਲਸ ਹੋਣੀਆਂ ਚਾਹੀਦੀਆਂ, ਕਿਹੜੀ ਗੱਲ ਨੂੰ ਕਿਸ ਤਰ੍ਹਾਂ ਕਰਨਾ ਆ, ਫਿਰ ਅੰਡਰਸਟੈਂਡਿੰਗ ਚਾਹੀਦੀ ਆ, ਪੂਰੀ ਅੰਡਰਸਟੈਂਡ ਚਾਹੀਦੀ ਆ ਕਿਹੜੀ ਗੱਲਬਾਤ ਕਿਸ ਤਰ੍ਹਾਂ ਹੋ ਰਹੀ ਆ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਉਸ ਤੋਂ ਬਾਅਦ ਇਹ ਹੈਗਾ ਫੈਮਿਲੀ ਸਪੋਰਟ, ਜਿਹੜੇ ਤੁਸੀਂ ਯੰਗ ਹੈਗੇ ਆ, ਯੂ ਕੈਨ ਸੀਕ ਐਡਵਾਈਸ ਫਰੋਮ ਯੂਅਰ ਪੇਰੈਂਟਸ, ਗਾਈਡੈਂਸ ਫਰੋਮ ਯੂਅਰ ਪੇਰੈਂਟਸ, ਐਲਡਰ ਗੁਰਸਿੱਖਸ ਉਹਨਾਂ ਤੋਂ ਕਰ ਸਕਦੇ ਹੈਗੇ ਆ। ਫਿਰ ਹੈਗਾ ਫਾਈਨੈਂਸ਼ੀਅਲ ਪਲੈਨਿੰਗ, ਇਹ ਵੀ ਹੋਣੀ ਚਾਹੀਦੀ ਆ, ਕਿਉਂਕਿ ਉੱਦਾਂ ਤਾਂ ਸਤਿਗੁਰੂ ਜੀ ਨੇ ਕੀ ਕਿਹਾ, ਸਤਿਗੁਰੂ ਜੀ ਨੇ ਗਰੀਬੀ 'ਚ ਰਹਿਣਾ ਆ, ਸਾਡੀ ਕੋਲ ਪੈਸਿਆਂ ਨੂੰ ਤਮਾ ਨਹੀਂ ਰੱਖਣੀ ਹੈਗੀ, ਪਰ ਲਾਈਫ ਨੂੰ ਚਲਾਉਣ ਦੀ ਗਾਂ ਫੈਮਿਲੀ ਹੋਣੀ, ਬੱਚੇ ਹੋਣੇ ਆ, ਪਰਿਵਾਰ ਹੋਣਾ ਆ, ਤੁਹਾਡਾ ਫਾਈਨੈਂਸ਼ੀਅਲ ਜਿਹੜੇ ਗੋਲਸ ਕੀ ਹੈਗੇ, ਕਿਸ ਤਰ੍ਹਾਂ ਕਰਨੀ ਹੈਗੀ, ਕਿੱਥੇ ਕੀ ਕਰਨਾ ਹੈਗਾ, ਇਸ ਤੋਂ ਬਾਅਦ ਹੋਰ ਗੋਲਸ ਜਿਹੜੇ ਆ ਤੁਹਾਡੇ, ਕਿਹੜਾ ਕਿਹੜਾ ਅਚੀਵਮੈਂਟ, ਕਿਹੜੀ ਕਿਹੜੀ ਚੀਜ਼ ਕਰਨੀ ਆ, ਕਿਹੜੀ ਕਿਹੜੀ ਚੀਜ਼ ਕਰਨੀ ਆ, ਇਹਨਾਂ ਬਾਰੇ ਥੋੜ੍ਹੀ ਥੋੜ੍ਹੀ ਬਹੁਤ, ਇਹ ਮੈਂ ਸਿਰਫ ਟੱਚ ਹੀ ਕੀਤਾ, ਆਪਾਂ ਅੱਗੇ ਜਾਣਾ ਹੈਗਾ। ਇਸ ਤੋਂ ਇਲਾਵਾ ਕਨਫਲਿਕਟ ਰੈਜ਼ੋਲੂਸ਼ਨ ਸਕਿੱਲਸ, ਕੋਈ ਨਾ ਕੋਈ, ਦੇਖੋ ਲਾਈਫ ਦੇ ਵਿੱਚ ਵਿਚਰਦਿਆਂ ਭੈਣਾਂ ਭਰਾਵਾਂ ਦੇ ਵਿੱਚ, ਪਤੀ ਪਤਨੀ ਦੇ ਵਿੱਚ, ਭਰਾਵਾਂ ਭਰਾਵਾਂ ਵਿੱਚ, ਭੈਣਾਂ ਭੈਣਾਂ ਵਿੱਚ, ਕੋਈ ਨਾ ਕੋਈ ਇਸ ਤਰ੍ਹਾਂ ਦੀ ਹੋ ਹੀ ਜਾਂਦੀ ਹੈ। ਪਰ ਇੱਕ ਚੀਜ਼ ਦਾ ਧਿਆਨ ਰੱਖਣਾ, ਜਿਹੜੀ ਡਿਸਕਸ਼ਨ ਹੁੰਦੀ ਆ ਉਹ ਡਿਸਕਸ਼ਨ ਹੀ ਹੁੰਦੀ ਆ, ਜਦੋਂ ਤੁਸੀਂ ਆਰਗੂ ਕਰਦੇ ਆ ਆਰਗੂ ਨਹੀਂ ਕਰਨੀ ਹੈਗੀ। ਡਿਸਕਸ ਦਾ ਲੈਵਲ ਜਿਹੜਾ ਤੁਸੀਂ ਡਿਸਕਸ਼ਨ ਕਰ ਰਹੇ ਹੋ ਉਹਦਾ ਲੈਵਲ ਕੋਈ ਵੀ ਹੋ ਸਕਦਾ, ਜਦੋਂ ਆਰਗੂ ਕਰਦੇ ਫਿਰ ਬਹਿਸ 'ਚ ਪੈ ਜਾਂਦੇ ਨਾ, ਬਹਿਸ ਨਹੀਂ ਕਰਨੀ, ਵਿਚਾਰ ਕਰਨੀ ਆ। ਬਹਿਸ ਅਤੇ ਵਿਚਾਰ ਦਾ ਫਰਕ ਆ, ਬਹਿਸ ਨਹੀਂ ਕਰਨੀ, ਵਿਚਾਰ ਕਰਨੀ ਆ। ਫਿਰ ਕੀ ਆ, ਕਮਿਊਨਿਟੀ ਇਨਵੋਲਵਮੈਂਟ ਕਿੰਨੀ ਕੁ ਆ, ਕਿਉਂਕਿ ਅਕਸਰ ਸੋਸਾਇਟੀ ਦੇ ਵਿੱਚ ਵਿਚਰਨਾ, ਕਮਿਊਨਿਟੀ ਇਨਵੋਲਵਮੈਂਟ ਤੁਹਾਡੀ ਕਿੰਨੀ ਕਿੰਨੀ ਕੁ ਹੈਗੀ ਆ, ਲੜਕੇ ਦੀ ਕਿੰਨੀ ਕੁ ਆ, ਲੜਕੀ ਦੀ ਕਿੰਨੀ ਕੁ ਆ,
ਇਹ ਵੀ ਦੇਖਣਾ ਪੈਣਾ ਕਿਉਂਕਿ ਸੁਸਾਇਟੀ ਦੇ ਵਿੱਚ ਕਿੱਦਾਂ ਚੱਲਾਂਗੇ ਅਸੀਂ। ਅਤੇ ਫਿਰ ਉਸ ਤੋਂ ਬਾਅਦ ਸੈਲੀਬ੍ਰੇਟਿੰਗ ਮਾਈਲ ਸਟੋਨ, ਇਹ ਵੀ ਹੋਣਾ ਚਾਹੀਦਾ ਆ। ਕੋਈ ਅਚੀਵਮੈਂਟ ਹੁੰਦੀ ਆ, ਕੋਈ ਕੋਈ ਚੀਜ਼ ਹੁੰਦੀ ਆ, ਉਹਨੂੰ ਇਹ ਵੀ ਤਾਂ ਜ਼ਰੂਰੀ ਆ ਨਾ ਜੀ। ਰੋਲਸ ਐਂਡ ਰਿਸਪੋਂਸੀਬਿਲਟੀਜ਼ ਕਿਸ ਤਰ੍ਹਾਂ ਦੀਆਂ ਹੈਗੀਆਂ ਆ, ਅਤੇ ਚਿਲਡਰਨ ਐਂਡ ਪੇਰੈਂਟਿੰਗ, ਇਹ ਵੀ ਜ਼ਰੂਰੀ ਆ। ਕਈ ਵਾਰੀ ਸੰਕੋਚ ਕਰਦੇ ਕਿਉਂਕਿ ਬੱਚੇ ਤਾਂ ਹੋਣੇ ਹੀ ਆ ਵਿਆਹ ਤੋਂ ਬਾਅਦ ਦੇ ਵਿੱਚ, ਇਹ ਡਿਸਕਸ ਕਰਨਾ ਜ਼ਰੂਰੀ ਆ। ਸੋ ਕੈਰੀਅਰ ਤੁਹਾਡਾ ਕਿੰਨੀ ਕੁ ਸਪੋਰਟ ਮਿਲਦੀ ਆ ਕੈਰੀਅਰ ਦੀ, ਜੇ ਆਹ ਮੈਂ ਤੁਹਾਡੇ ਕੋਲ ਆਪਸ਼ਨਸ ਹੈਗੀਆਂ, ਜੇ ਆਹ ਮੇਰਾ ਕੈਰੀਅਰ ਚੂਜ਼ ਕਰਦੀ ਹਾਂ, ਜਾਂ ਮੈਂ ਆਹ ਕੈਰੀਅਰ ਚੂਜ਼ ਕਰਨਾ, ਤੂੰ ਮੇਰੀ ਕੀ ਸਪੋਰਟ ਕਰੇਗਾ, ਤੂੰ ਮੇਰੀ ਕੀ ਸਪੋਰਟ ਕਰੇਂਗੀ, ਇਹ ਚੀਜ਼ਾਂ ਜਿਹੜੀਆਂ ਆ ਇਹ ਜ਼ਰੂਰੀ ਹੈਗੀਆਂ। ਨਿਤਨੇਮ ਤਾਂ ਪੁੱਛਣਾ ਹੀ ਪੁੱਛਣਾ, ਉਹ ਤਾਂ ਗੁਰਸਿੱਖੀ ਤਾਂ ਛੱਡ ਨਹੀਂ ਸਕਦੇ ਆਪਾਂ, ਗੁਰਸਿੱਖੀ ਤੁਹਾਨੂੰ ਛੱਡ ਸਕਦੇ ਹਾਂ। ਇਹ ਚੀਜ਼ਾਂ ਜਿਹੜੀਆਂ ਸੀਗੀਆਂ, ਜਿਹੜੀ ਜਿਹੜਾ ਜੂਰਿੰਗ ਆਨੰਦ ਕਾਰਜ ਹੁੰਦਾ ਉਹ ਅਸੀਂ ਰਹਿਤ ਮਰਜ਼ਾਦਾ ਨੂੰ ਫੋਲੋ ਕਰਦੇ ਹਾਂ। ਜਿਹੜੀ ਸਾਰੀਆਂ ਜਥੇਬੰਦੀਆਂ ਅਕਾਲ ਤਖਤ ਸਾਹਿਬ ਦੀ ਜੋ ਰਹਿਤ ਮਰਜ਼ਾਦਾ ਆ ਉਹਨੂੰ ਫੋਲੋ ਕੀਤਾ ਜਾਂਦਾ। ਰਹਿਤ ਮਰਜ਼ਾਦਾ ਨੂੰ ਮੈਂ ਇੱਥੇ ਬਹੁਤਾ ਨਹੀਂ ਲੈਣਾ ਚਾਹੁੰਦਾ, ਸਿਰਫ ਜਿਹੜੀ ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਆ ਅਤੇ ਉਹ ਉੱਦਾਂ ਡਿਸਕਸ ਕਰ ਲੈਂਦੇ ਆਪਾਂ। ਇਹ ਸਾਰੀ ਰਹਿਤ ਮਰਜ਼ਾਦਾ ਮੈਂ ਇੱਥੇ ਲਿਆਉਂਦੀ ਸੀ, ਜੇ ਲੋਹਿਆ ਟਾਈਮ ਬਾਅਦ 'ਚ ਆਪਾਂ ਦੇਖ ਲਾਂਗੇ। ਜਿਹੜੀ ਰਹਿਤ ਮਰਜ਼ਾਦਾ ਦੇ ਇਹ ਜ਼ਰੂਰੀ ਆ ਕਿ ਜਦੋਂ ਇਹ ਰਹਿਤ ਮਰਜ਼ਾਦਾ ਵਿੱਚ ਮੈਨਸ਼ਨ ਕੀਤਾ ਹੋਇਆ ਕਿ ਗੁਰਦੁਆਰਾ ਸਾਹਿਬ ਕੀਰਤਨ ਹੁੰਦਾ ਹੋਵੇ, ਫਿਰ ਉਹ ਧਲੇਤੇ ਭਲੇਤੇ ਦੋਨਾਂ ਨੂੰ ਕਹਿੰਦੇ ਆ, ਲੜਕੀ ਵਾਲਿਆਂ ਨੂੰ ਅਤੇ ਲੜਕੇ ਵਾਲਿਆਂ ਨੂੰ, ਉਹ ਆਉਂਦੇ ਆ ਇਕੱਠੇ ਹੁੰਦੇ ਆਪਸ ਵਿੱਚ ਫਤਿਹ ਬੁਲਾਉਣ, ਫਤਿਹ ਬੁਲਾ ਕੇ ਫਿਰ ਕੀਰਤਨ ਸਰਵਣ ਕਰਨਾ ਆ। ਉਹਦੇ ਵਿੱਚ ਇਹ ਵੀ ਰਹਿਤ ਮਰਜ਼ਾਦਾ 'ਚ ਲਿਖਿਆ ਹੋਇਆ ਮਾਈਆਂ ਛਾਈਆਂ ਜਿਹੜੀਆਂ ਉਹ ਕੋਈ ਹੋਰ ਵੱਟਣੇ ਵੁੱਟਣੇ ਕੁਛ ਇੱਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਹੈਗੀਆਂ, ਸਿੱਖਣੀ ਇੱਦਾਂ ਦੀਆਂ ਚੀਜ਼ਾਂ। ਵਹਿਮਾਂ ਭਰਮ ਭਾਵਾਂ ਭਰਮਾਂ ਜਿਹੜੀ ਪੈਂਦੇ, ਮਹਿੰਦੀ ਲਾਉਣੀ ਆ ਜੀ, ਉਹਨੇ ਫਲਾਨੀ ਕਰਨੀ ਆ, ਚੁੰਨੀ ਕਰਨੀ ਆ, ਜੇ ਕਰਨੀ ਵੋ ਕਰਨੀ, ਮਤਲਬ ਇਹ ਇਹ ਕਲਚਰ ਹੈਗਾ। ਕਲਚਰ ਨੂੰ ਉਨਾ ਕੁ ਕਲਚਰ ਜਿਹੜਾ ਹੁੰਦਾ, ਜਿੰਨਾ ਕੁ ਸਹਿਮਤ ਜਿੱਥੇ ਕਿ ਤੁਹਾਨੂੰ ਲੱਗਦਾ ਉਨਾ ਕੁ ਕਲਚਰ ਲੈ ਲੈਣਾ ਕੋਈ ਗੁਨਾਹ। ਕਲਚਰ ਦੇ ਆਪਾਂ ਸਾਰੇ ਚੀਜ਼ਾਂ, ਜਿਸ ਤਰ੍ਹਾਂ ਕ੍ਰਿਸਮਸ ਹੈਗੀ ਆ, ਕ੍ਰਿਸਮਸ ਜਿਹੜੀ ਆ ਉਹ ਧਾਰਮਿਕ ਵੀ ਆ ਅਤੇ ਕਲਚਰਲ ਵੀ ਆ, ਕਰਦੇ ਆ ਨਾ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੋਟੀਆਂ ਛੋਟੀਆਂ, ਉਹਨਾਂ ਦੇ ਬਾਰੇ ਸਿੱਖੀ ਬਹੁਤਾ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਇਹ ਚੀਜ਼ਾਂ ਕਰੋ। ਸਾਡਾ ਮੁੱਖ ਫੋਕਸ ਕੀ ਆ, ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਲੈਣਾ, ਗੁਰੂ ਸਾਹਿਬ ਜੀ ਤੋਂ ਕਿਰਪਾ ਲੈਣੀ, ਬਖਸ਼ਿਸ਼ ਲੈਣੀ ਆ, ਇੱਕ ਪੈਕੇਜ ਮਿਲਣਾ ਗੁਰੂ ਸਾਹਿਬ। ਮੈਂ ਤਾਂ ਕਹਿੰਦਾ ਉਹਨਾਂ ਵਿਆਹ ਮਤ ਇੱਕ ਪੈਕੇਜ ਮਿਲਦਾ, ਉਹ ਪੈਕੇਜ ਲੈਣਾ ਗੁਰੂ ਸਾਹਿਬ ਜੀ ਦੇ ਕੋਲੋਂ ਅਸੀਂ ਵਿਆਹ ਵਾਲੇ ਦਿਨ, ਦੋਨਾਂ ਨੇ ਪਤੀ ਪਤਨੀ ਨੇ। ਅਤੇ ਇਸ ਤਰ੍ਹਾਂ ਹੀ ਅੱਗੇ ਦੱਸਿਆ ਹੋਇਆ ਆ ਕਿ ਕੀ ਕੀਤਾ ਲੋੜੀ ਹੈ ਕੰਮ, ਸੋ ਹਰ ਪੈ ਆਖੀਏ ਤੋਂ ਬਾਅਦ 'ਚ ਅਰਦਾਸ ਹੋਣੀ ਆ, ਅਰਦਾਸ ਤੋਂ ਬਾਅਦ ਵਿੱਚ ਹੁਕਮਨਾਮਾ ਹੋਣਾ, ਲਾਵਾਂ ਪੜ੍ਹੀਆਂ ਜਾਣੀਆਂ ਆ। ਰਹਿਤ ਮਰਜ਼ਾਦਾ 'ਚ ਲਿਖਿਆ ਤੁਸੀਂ ਖੜ੍ਹੇ ਹੋ ਕੇ ਲਾਵਾਂ ਸੁਣ ਸਕਦੇ ਹੋ, ਪਰ ਜੇ ਸੰਗਤ ਉੱਥੇ ਬੈਠੀ ਬੈਠ ਕੇ ਵੀ ਖੜ੍ਹੇ ਹੋ ਕੇ ਵੀ, ਰਹਿਤ ਮਰਜ਼ਾਦਾ 'ਚ ਖੜ੍ਹੇ ਹੋ ਕੇ ਲਿਖਿਆ ਲਾਵਾਂ ਦਾ ਪਾਠ ਸੁਣਿਆ ਆ, ਉਹਨਾਂ ਨੂੰ ਪਰਿਕਰਮਾ ਕਰਨੀ ਆ, ਪਰਿਕਰਮਾ ਗੁਰੂ ਸਾਹਿਬ ਨੂੰ ਸੱਜੇ ਹੱਥ ਰੱਖ ਕੇ ਕਰਦੇ ਹਾਂ, ਲੜਕਾ ਸੱਜੇ ਹੱਥ ਬੈਠਦਾ ਆ। ਇਹ ਵੀ ਇੱਕ ਟਰੈਡੀਸ਼ਨ ਆ ਇਹ, ਕਿਉਂਕਿ ਜਿਹੜੇ ਸਾਡੇ ਕਲਚਰ ਦੇ ਵਿੱਚ ਇੱਦਾਂ ਸੀਗਾ, ਜਦੋਂ ਅਸੀਂ ਕਿਸੇ ਨੂੰ ਰਿਸਪੈਕਟ ਦਿੰਦੇ ਹਾਂ ਅਤੇ ਉਹਨੂੰ ਸੱਜੇ ਹੱਥ ਰੱਖਦੇ ਹਾਂ। ਕੱਲੇ ਸਾਡੇ ਕਲਚਰ 'ਚ ਹੀ ਨਹੀਂ, ਅੱਜ ਜਿੰਨੇ ਵੀ ਤੁਸੀਂ ਆਰਮੀ 'ਚ ਦੇਖੋਗੇ, ਜਿੰਨੇ ਵੀ ਸੀਨੀਅਰ ਆਫਿਸਰਸ ਹੈਗੇ ਆ ਉਹ ਜੂਨੀਅਰ ਦੇ ਰਾਈਟ ਸਾਈਡ 'ਤੇ ਤੁਰਦੇ ਆ, ਇਹ ਨਹੀਂ ਹੈਗਾ ਵੀ ਉਹ ਲੈਫਟ ਸਾਈਡ 'ਤੇ ਤੁਰਨਗੇ, ਰਾਈਟ ਸਾਈਡ 'ਤੇ ਤੁਰਨਗੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਈਟ ਸਾਈਡ ਰੱਖ ਕੇ ਅਸੀਂ ਪਰਿਕਰਮਾ ਕਰਦੇ ਹਾਂ, ਇਹ ਇੱਕ ਟਰੈਡੀਸ਼ਨ ਬਣਿਆ ਹੋਇਆ ਉਹਨਾਂ ਨੂੰ ਸਤਿਕਾਰ ਦੇਣ ਦਾ। ਚੱਲਦੇ ਹਾਂ ਹੁਣ ਆ ਜੀ, ਇਹ ਕਿ ਆਨੰਦ ਕਾਰਜ ਹੋ ਗਿਆ, ਆਨੰਦ ਕਾਰਜ ਤੋਂ ਬਾਅਦ ਦੇ ਵਿੱਚ ਜਿਹੜੀ ਸਾਡੀ ਜ਼ਿੰਦਗੀ ਆ ਉਹ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਕਿ ਅਸੀਂ ਜ਼ਿੰਦਗੀ ਨੂੰ ਗੁਰਮਤ ਦੇ ਨਾਲ ਜੋੜ ਕੇ ਖੁਸ਼ੀ ਵੀ ਹੋਵੇ ਅਤੇ ਸਾਡਾ ਪਰਪਸ ਕੀ ਆ, ਵਿਆਹ ਦਾ ਪਰਪਸ। ਐਕਚੁਲੀ ਜਿਹੜਾ ਵਿਆਹ ਦਾ ਪਰਪਸ ਉਹ ਹੈਗਾ ਕਿ ਇੱਕ ਸੀਗੇ ਦੋ ਜਾਣੇ ਜੁੜ ਕੇ, ਇੱਕ ਸਿੱਖ ਦੋਏ ਸਾਧ ਸੰਗ, ਦੋ ਜਾਣੇ ਜੁੜ ਕੇ ਪਰਮੇਸ਼ਰ ਦੀ ਪ੍ਰਾਪਤੀ ਵੱਲ ਨੂੰ ਚੱਲੀਏ। ਕਿਉਂਕਿ ਸਾਡਾ ਮੁੱਖ ਮਕਸਦ ਜਿਹੜਾ ਪਰਪਸ ਆਫ ਲਾਈਫ ਸਾਡਾ ਉਹ ਵੀ ਇਹੀ ਆ ਕਿ ਭਈ ਪ੍ਰਾਪਤ ਮਨੁੱਖ ਦੀ ਹੋਈ ਆ, ਗੋਬਿੰਦ ਮਿਲਣ ਕੀ, ਅਸੀਂ ਉੱਧਰ ਨੂੰ ਤੁਰਨਾ। ਹੁੰਦਾ ਕੀ ਆ, ਹੁੰਦਾ ਇਹ ਆ ਕਿ ਅਸੀਂ ਕੰਮ ਦੇ ਵਿੱਚ ਬੱਚਿਆਂ ਦੇ ਵਿੱਚ ਇੰਨਾ ਫਸ ਜਾਂਦੇ ਹਾਂ ਕਿ ਮੁੜ ਕੇ ਇਕੱਠੇ ਬੈਠ ਕੇ ਨਿਤਨੇਮ ਕਰਨ ਦਾ ਵੀ ਟਾਈਮ ਕਈ ਵਾਰੀ ਨਹੀਂ ਲੱਗਦਾ, ਜਿੱਥੋਂ ਸਾਡੀਆਂ ਤ੍ਰਿੜਾਂ ਜਾਂ ਸ਼ੰਕੇ ਸ਼ੁਰੂ ਹੋ ਜਾਂਦੇ। ਜਿਹੜਾ ਪਤੀ ਪਤਨੀ ਇਕੱਠੇ ਬੈਠ ਕੇ ਨਿਤਨੇਮ ਕਰਦੇ ਆ, ਸਿਮਰਨ ਕਰਦੇ ਆ, ਉਹਨਾਂ ਦੇ ਚਾਂਸਿਸ, ਕਿਸਮਤ 'ਚ ਕੋਈ ਕਰਮ ਲਿਖਿਆ ਹੋਵੇ ਕਹਿ ਨਹੀਂ ਸਕਦੇ, ਉਹਨਾਂ ਦੇ ਚਾਂਸਿਸ ਜ਼ੀਰੋ ਹੀ ਬਣ ਜਾਂਦੇ ਆ ਉਹਨਾਂ ਦੇ ਵਿੱਚ ਕੋਈ ਸ਼ੰਕੇ ਆਉਣ ਦੇ। ਇਹ ਕਿਉਂਕਿ ਉਸ ਰੋਜ਼ ਬਖਸ਼ਿਸ਼ ਮਿਲਣੀ ਸਤਿਗੁਰੂ ਜੀ ਦੀ ਇਕੱਠਿਆਂ ਨੂੰ, ਸੰਗਤ ਦਾ ਫਾਇਦਾ ਹੁੰਦਾ, ਸੰਗਤ ਕਰਨ ਦਾ ਫਾਇਦਾ ਹੁੰਦਾ, ਪਰ ਸਾਡੇ ਕੰਮਾਂ ਧੰਦਿਆਂ ਦਾ ਕਰਕੇ ਕਈ ਵਾਰੀ ਇਸ ਚੀਜ਼ ਅਸੀਂ ਅਣਗੋਲਿਆਂ ਕਰ ਜਾਂਦੇ ਹਾਂ, ਅਣਗਹਿਲੀ ਕਰ ਜਾਂਦੇ ਹਾਂ। ਸਾਨੂੰ ਇੱਥੇ ਪਹਿਰਾ ਦੇਣ ਦੀ ਲੋੜ ਆ। ਇਕੁਐਲਿਟੀ ਐਂਡ ਰਿਸਪੈਕਟ, ਕਮਿਟਮੈਂਟ, ਕੰਟੀਨਿਊਡ ਸਪਿਰਚੁਅਲ ਗਰੋਥ, ਵਰਚੂਜ਼, ਫੈਮਿਲੀ ਹਾਰਮੋਨੀ, ਸੇਵਾ, ਸਿਮਰਨ ਟੂਗੈਦਰ, ਓਨੈਸਟ ਲਿਵਿੰਗ, ਕ੍ਰਾਈਸਿਸ ਰੈਜੂਲੇਸ਼ਨ,
ਇਹ ਜਿਹੜੀਆਂ ਫਿਰ ਵੀ ਵਿਆਹ ਪਹਿਲਾਂ ਵੀ ਸੀਗੀਆਂ, ਥੋੜ੍ਹਾ ਬਹੁਤਾ ਡਿਸਕਸ ਹੁੰਦਾ ਪਰ ਬਾਅਦ ਦੇ ਵਿੱਚ ਹੁੰਦਾ। ਹੁਣ ਆਪਾਂ ਦੇਖੀਏ ਗੁਰੂ ਸਾਹਿਬ ਸਾਨੂੰ ਕਿਵੇਂ ਅਗਵਾਈ ਕਰਦੇ ਹੈ। ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਧੰਨ ਪਿਰ ਇਹਨਾਂ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਆਂ ਸੋਏ। ਇਹ ਰਿਸਪੈਕਟ ਵਾਲੀ ਨਿਸ਼ਾਨੀ ਆ, ਈਕੁਅਲ ਰਾਈਟਸ ਦਿੱਤੇ ਹੋਏ ਆ। ਇਹ ਨਹੀਂ ਹੈਗਾ ਕਿ ਜਿੱਦਾਂ ਮੇਲ ਡੋਮੀਨੇਟ ਸੁਸਾਇਟੀ ਸੀਗੀ ਸਾਡੀ ਪਹਿਲਾਂ, ਉਹਦੇ ਵਿੱਚ ਹੀ ਸਤਿਗੁਰੂ ਜੀ ਨੂੰ ਇਹ ਪਾਉਂਦਾ ਨਹੀਂ ਸੀ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਇੱਕੋ ਜਿਹਾ ਸਰੂਪ ਦਿੱਤਾ ਸਾਨੂੰ। ਬੱਚੀਆਂ ਵੀ ਦਸਤਾਰਾਂ ਬੰਨ੍ਹਦੀਆਂ, ਸਿੰਘ ਵੀ ਦਸਤਾਰ ਬੰਨ੍ਹਦੇ, ਬੱਚੀਆਂ ਵੀ ਕੀਰਤਨ ਕਰਦੀਆਂ, ਸਿੰਘ ਵੀ ਕੀਰਤਨ ਕਰਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠਾ ਕੋਈ ਵੀ ਬੈਠ ਸਕਦਾ, ਤੁਸੀਂ ਵੀ ਬੈਠ ਸਕਦੇ ਹੋ, ਬੀਬੀਆਂ ਵੀ ਬੈਠ ਸਕਦੀਆਂ, ਬੰਦੇ ਵੀ ਬੈਠ ਸਕਦੇ। ਹੋਰ ਕਿਸੇ ਧਰਮ 'ਚ ਇਹ ਅਧਿਕਾਰ ਹੈ ਨਹੀਂਗਾ, ਖਾਸ ਕਰਕੇ ਔਰਤਾਂ ਲਈ। ਤੁਸੀਂ ਹੈਰਾਨ ਰਹਿ ਜਾਓਗੇ, ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਪਰਮੇਸ਼ੁਰ ਤੋਂ ਦੂਜਾ ਨੰਬਰ ਦਿੱਤਾ ਹੋਇਆ, ਦੂਸਰੇ ਨੰਬਰ 'ਤੇ ਆ ਔਰਤਾਂ ਪਰਮੇਸ਼ੁਰ ਤੋਂ। ਇੰਨਾ ਮਾਣ ਕਿਸੇ ਧਰਮ 'ਚ ਨਹੀਂ ਹੈਗਾ। ਮੈਨੂੰ ਯਾਦ ਆ ਦਲੇਰ ਕੌਰ ਇੱਥੇ ਬੈਠੀ ਹੈਗੀ ਆ, ਅਸੀਂ ਇੱਕ ਵਾਰੀ ਹਾਈ ਸਕੂਲ ਦੇ ਵਿੱਚ ਡਿਬੇਟ ਸ਼ੁਰੂ ਕੀਤੀ ਸੀ, ਸਾਡੀ 2-3 ਹਫ਼ਤੇ ਚੱਲੀ ਸੀ, ਵਿੰਟਰ ਫੇਦ ਮੈਰਿਜਸ ਹੋਣੀਆਂ ਚਾਹੀਦੀਆਂ ਜਾਂ ਨਹੀਂ ਹੋਣੀਆਂ ਚਾਹੀਦੀਆਂ। ਅਤੇ ਮੈਂ ਇਹਨੂੰ ਕੁਛ ਕਿਹਾ, ਮੈਂ ਕਿਹਾ ਮੈਨੂੰ ਕੁਰਾਨ ਦੇ ਵਿੱਚੋਂ, ਮਨੂ ਸਿਮਰਤੀ 'ਚੋਂ, ਹੋਰ ਬਾਈਬਲ ਦੇ ਵਿੱਚੋਂ ਮੈਨੂੰ ਥੋੜ੍ਹੀਆਂ ਕੋਟੇਸ਼ਨਸ ਮੇਰੀ ਹੈਲਪ ਕਰ। ਅਤੇ ਇਹ ਰੋਂਦੀ ਹੋਈ ਮੇਰੇ ਕੋਲ ਆਈ ਸੀ 1-1.5 ਘੰਟੇ ਬਾਅਦ। ਮੈਂ ਕਿਹਾ ਕੀ ਗੱਲ ਹੋਈ ਆ? ਕਹਿੰਦੀ ਮੈਂ ਤਾਂ ਬਹੁਤ ਲੱਕੀ ਹਾਂ, ਮੈਂ ਸਿੱਖ ਧਰਮ 'ਚ ਪੈਦਾ ਹੋਈ ਹਾਂ, ਮਤਲਬ ਤੁਹਾਡੇ ਕੋਲ ਪੜ੍ਹਿਆ ਨਹੀਂ ਜਾਣਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਧੰਨਵਾਦ ਕਰਨਾ ਚਾਹੀਦਾ। ਇੰਨਾ ਮਾਣ ਕਿਸੇ ਵੀ ਰਹਿਬਰ ਨੇ, ਕਿਸੇ ਵੀ, ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਕਿਸੇ ਪੀਰ ਨੇ, ਪੈਗੰਬਰ ਨੇ, ਕਿਸੇ ਰਿਲੀਜੀਅਸ ਲੀਡਰ ਨੇ, ਕਿਸੇ ਪ੍ਰੋਫਿਟ ਨੇ ਇੰਨਾ ਮਾਣ ਨਹੀਂ ਦਿੱਤਾ। ਉਹ ਧਰਮਾਂ 'ਚ ਹੀ ਲਿਖਿਆ ਹੋਇਆ, ਉਹਨਾਂ ਦੀਆਂ ਧਾਰਮਿਕ ਪੁਸਤਕਾਂ ਦੇ ਵਿੱਚ ਲਿਖਿਆ, ਰਿਲੀਜੀਅਸ ਬੁੱਕਸ ਦੇ ਵਿੱਚ ਲਿਖਿਆ ਹੋਇਆ ਹੈ। ਉਹ ਚੀਜ਼ ਜਿਹੜੀ ਹੈਗੀ ਆ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਤੁਸੀਂ ਇੰਟਰਨੈਟ 'ਤੇ ਸਰਚ ਕਰ ਸਕਦੇ ਹੋ। ਮੇਰਾ ਕਹਿਣ ਤੋਂ ਭਾਵ ਇਹ ਸੀਗਾ ਕਿ ਇੰਨੀ ਪਰਉਪਕਾਰਨ ਕਰਨ ਵਾਲੇ ਸਤਿਗੁਰੂ ਜੀ ਦੇ ਸਾਨੂੰ ਚਰਨ ਫੜਨੇ ਪੈਣੇ। ਮਾਣ ਮਹਿਸੂਸ ਹੁੰਦਾ ਆ ਕਿ ਮੇਰੇ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਵੇ ਆਫ ਲਾਈਫ ਦਿੱਤਾ ਆ, ਸਿੱਖੀ ਦਿੱਤੀ ਹੋਈ ਆ, ਇਹਦੇ ਵਿੱਚ ਅਸੀਂ ਬਰਾਬਰ ਦਾ ਅਧਿਕਾਰ ਰੱਖਦੇ ਹਾਂ। ਗੁਰੂ ਸਾਹਿਬ ਕੀ ਕਹਿ ਰਿਹਾ? ਗੁਰੂ ਸਾਹਿਬ ਕਹਿ ਰਿਹਾ ਧੰਨ ਪਿਰਕਾ ਇੱਕ ਹੀ ਸੰਦਵਾਸਾ ਵਿੱਚ ਹੋਮ ਮੈਂ ਭੀਤ ਕਰਾਰੀ। ਹਸਬੈਂਡ ਐਂਡ ਵਾਈਫ ਦੇ ਆਰ ਲਿਵਿੰਗ ਟੂਗੈਦਰ, ਦੇ ਆਰ ਲਿਵਿੰਗ ਟੂਗੈਦਰ। ਸੋ ਹੂਜ਼ ਹਸਬੈਂਡ? ਵਾਹਿਗੁਰੂ ਜੀ। ਵਾਈਫ ਕੌਣ ਆ? ਮੇਰੀ ਸੋਲ। ਮੀ ਐਂਡ ਵਾਹਿਗੁਰੂ ਜੀ, ਯੂ ਐਂਡ ਵਾਹਿਗੁਰੂ ਜੀ, ਵੀ ਆਰ ਲਿਵਿੰਗ ਟੂਗੈਦਰ ਇਨ ਦਿਸ ਬੋਡੀ, ਦ ਸੇਮ ਹਸਬੈਂਡ ਐਂਡ ਵਾਈਫ ਦੇ ਆਰ ਲਿਵਿੰਗ ਟੂਗੈਦਰ। ਅਤੇ ਉੱਥੇ ਹੈਗਾ ਕੀ ਆ? ਵਿੱਚ ਹੋਮ ਮੈਂ ਭੀਤ ਕਰਾਰੀ, ਦ ਸੋਲ ਬਰਾਈਡ ਐਂਡ ਹਸਬੈਂਡ ਲੋਰਡ ਲਿਵ ਟੂਗੈਦਰ ਐਜ਼ ਵਨ, ਬਟ ਦ ਹਾਰਡ ਵਾਲ ਆਫ ਈਗੋਟਿਜ਼ਮ ਹੈਜ਼ ਕਮ ਬਿਟਵੀਨ ਦੈਮ। ਉਹ ਤਾਂ ਹੁਣ ਇਨਵਿਜ਼ੀਬਲ ਪਤਾ ਨਹੀਂ ਨਾ ਲੱਗਦਾ ਹੋਮੇ ਦਾ। ਹੋਮੇ ਸ਼ੁਰੂ ਕਿੱਥੋਂ ਹੁੰਦੀ ਆ? ਹੋਮੇ ਸ਼ੁਰੂ ਉੱਥੋਂ ਹੁੰਦੀ ਆ ਜਦੋਂ ਆਪਣੇ ਆਪ ਨੂੰ ਸੁਪੀਰੀਅਰ ਸਮਝਣਾ ਲੱਭ ਪਵੇ। ਜਿਸ ਤਰ੍ਹਾਂ ਮੈਂ ਅਤੇ ਮੇਰੀ ਪਤਨੀ ਆ, ਮੈਂ ਉਹਨੂੰ ਕਹਾਂ ਇਹਨੂੰ ਕੁਛ ਨਹੀਂ ਪਤਾ, ਮੈਨੂੰ ਪਤਾ ਹੈਗਾ। ਮਤਲਬ ਸਾਡੀ ਸੋਚ ਇੱਦਾਂ ਦੀ ਆ ਨਾ, ਸਾਡੀ ਸੋਚ ਇੱਦਾਂ ਦੀ ਆ। ਹੋਇਆ ਕੀ ਆ ਕਿ ਇਹ ਮੈਨੂੰ ਸੇਵਾ ਲਈ ਮਿਲੀ ਹੋਈ ਆ, ਮੈਂ ਇਹਨੂੰ ਸੇਵਾ ਲਈ ਮਿਲਿਆ ਹੋਇਆ। ਅਸੀਂ ਇੱਕ ਦੂਸਰੇ ਦੀ ਸੇਵਾ ਕਰਕੇ ਆਪਣਾ ਲੈਵਲ ਉੱਪਰ ਲਿਜਾਣਾ ਸੀ। ਅਸੀਂ ਤਾਂ ਉੱਧਰ ਜਿਹੜੀ ਚੀਜ਼ ਸੇਵਾ ਦੇ ਵਿੱਚੋਂ, ਸਿਮਰਨ ਦੇ ਵਿੱਚੋਂ ਮਿਲਣੀ ਆ, ਹੋਰ ਕਿਤੋਂ ਮਿਲਣੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਸੇਵਾ ਤਾਂ ਫਿਰ ਇੱਥੋਂ ਸ਼ੁਰੂ ਕਰਨੀ ਸੀ। ਫਿਰ ਬੱਚੇ ਹੋ ਗਏ, ਉਹ ਵੀ ਸੇਵਾ ਨਹੀਂ ਮਿਲੇ, ਉਹਨਾਂ ਦੀ ਵੀ ਸੇਵਾ ਕਰਨੀ। ਬੱਚਿਆਂ ਨੇ ਪੇਰੈਂਟਸ ਦੀ ਸੇਵਾ ਕਰਨੀ ਆ, ਨਣਾਨ ਨੇ ਭਰਜਾਈ ਦੀ ਸੇਵਾ ਕਰਨੀ ਆ, ਆਪਣਾ ਭਰਜਾਈ ਨੇ ਨਣਾਨ ਦੀ ਸੇਵਾ ਕਰਨੀ ਆ, ਦਰਾਣੀ ਨੇ ਜਠਾਣੀ ਦੀ ਸੇਵਾ ਕਰਨੀ ਆ, ਜਠਾਣੀ ਨੇ ਦਰਾਣੀ ਦੀ ਸੇਵਾ ਕਰਨੀ ਆ। ਦੇਖੋ ਲਿਜਾਣਾ ਤਾਂ ਸਪਿਰਚੁਅਲ ਲੈਵਲ ਆਪਣਾ ਉੱਪਰ, ਅਸੀਂ ਤਾਂ ਪਰਮੇਸ਼ੁਰ ਵੱਲ ਉੱਧਰ ਨੂੰ ਪੌੜੀ ਨੂੰ ਤੁਰਨਾ, ਉੱਧਰ ਜਾਣਾ ਹੈਗਾ। ਇਹ ਚੀਜ਼ ਜ਼ਰੂਰੀ ਸੀਗੀ। ਸਤਿਗੁਰੂ ਜੀ ਕਹਿੰਦੇ ਫਿਰ ਕਿਵੇਂ ਹੋਵੇ ਇਹ ਜਿਹੜੀ ਵਾਲ ਬਣੀ ਹੋਈ ਆ, ਇਹਨੂੰ ਕੌਣ ਤੋੜੂਗਾ, ਕੌਣ ਭੰਨੂਗਾ? ਗੁਰੂ ਪਾਤਸ਼ਾਹ ਕਹਿੰਦੇ ਗੁਰ ਪੂਰਾ ਹਮੇ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਪਰਫੈਕਟ ਗੁਰੂ ਡਿਮੋਲਿਸ਼ਿਸ ਦੇ ਸਵਾਲ। ਹੋਰ ਇਹ ਬਖਸ਼ਿਸ਼ ਹੋ ਗਈ ਨਾ, ਇਹ ਬਖਸ਼ਿਸ਼ ਉਸ ਦਿਨ ਮਿਲਣੀ ਹੈ ਜਿਸ ਦਿਨ ਆਨੰਦ ਕਾਰਜ ਹੁੰਦਾ, ਔਰ ਉਸ ਦਿਨ ਮਿਲਦੀ ਹੈ, ਅਰਦਾਸ ਕਰਦੀ ਹੈ ਸਾਰੀ ਸੰਗਤ, ਉਸ ਦਿਨ ਇਹ ਚੀਜ਼ ਮਿਲਦੀ ਹੈਗੀ ਆ। ਜੇ ਫਿਰ ਅਸੀਂ ਉਸ ਚੀਜ਼ ਨੂੰ ਗ੍ਰਹਿਣ ਕਰੀਏ, ਕਿਉਂਕਿ ਸਾਡੀ ਪ੍ਰੈਕਟਿਸ ਨਹੀਂ ਹੈਗੀ, ਉਹ ਫਿਰ ਸਾਡੇ ਨਾਲ ਰਹਿੰਦੀ ਆ। ਹੋਰ ਗੁਰੂ ਸਾਹਿਬ ਕੀ ਕਹਿੰਦੇ ਆ? ਗੁਰੂ ਕਹਿੰਦੇ ਦੇਖੋ ਇਹ ਮਤਲੀ ਸ਼ਬਦ ਵਰਤਿਆ ਸੀ ਪਰ ਪੂਰਾ ਢੁਕਦਾ ਆ, ਔਰਤ 'ਤੇ ਢੁਕਦਾ ਆ। ਕੀ ਕਹਿ ਰਿਹਾ? ਗੁਰੂ ਸਭ ਪਰਿਵਾਰ ਮਾਹੇ ਸ੍ਰੇਸ਼ਟ, ਸ਼ੀ ਇਜ਼ ਦਾ ਮੋਸਟ ਨੋਬਲ ਆਫ ਆਲ ਦਾ ਫੈਮਲੀ। ਮੱਤੀ ਦੇਵੀ ਦੇਵਰ ਜੇਸ਼ਟ, ਦੇਰਾਂ ਜੇਠਾਂ ਨੂੰ ਮੱਤ ਦਿੰਦੀ ਹੈ। ਫਿਰ ਕੀ ਆ? ਧੰਨ ਸੋ ਗ੍ਰਹਿ ਜਿੱਤ ਪ੍ਰਗਟੀ ਆਏ, ਉਹ ਗ੍ਰਹਿ ਹੀ ਧੰਨ ਹੋ ਗਿਆ ਜਿੱਥੇ ਆਉਂਦੀ ਹੈ। ਹਾਓ ਬਲੈਸ ਇਜ਼ ਦੈਟ ਹਾਊਸ ਹੋਲ ਇਨ ਵਿੱਚ ਸ਼ੀ ਹੈਜ਼ ਅਪੀਅਰਡ।
जन नानक सुखे सुख विहाए, इतों सुख मिलना। गुरु नानक पातशाह सर्वेंट बन के, दास बन के, सेवक बन के ये गल कह रहे हैं कि सुख की प्राप्ति इतों ही होनी है। अगे की कह रहा है, कमिटमेंट, कमिटमेंट किदां दी होनी चाहिए है पति पत्नी की आपस में। जेकर गह प्यारड़े तुद ना छोड़ा मोल, टेक माई हैंड ओ माई बिलॉव्ड, आई शैल नैवर फोरसेक यू, मैं तेनों कदे ना छड़ा। तो जे छड़ दे फिर की हुंदा, फिर अगली तोका। पाचा कहिंदे हर छोड़न से दुर्जना पढ़ै दो जग के सूल, दोज हू फोरसेक द वाहिगुरू जी आर द मोस्ट ईवल पीपल, दे शैल फॉल इन टू द हॉरीबल पिट ऑफ हैल। इत्थे आण के जदों बख्शिश होई आ, प्रॉपर तुसीं चल रहे हो, गुरु के आशे अनुसार चल रहे हो, शंका नहीं होंदी, त्रेड़ नहीं आउंदी, सैपरेशन नहीं होंदी हैगी, फिर सानू ये भावना भी रखनी चाहिए, डर भी रखना चाहिए। गुरु जी ने कहा नरकां च जावांगे, नरकां च जावांगे, ये भी ध्यान रखना चाहिए। इस करके ही रहत मर्यादा कितने भी तलाक की गल नहीं आती, कितने तलाक की गल नहीं आती। फिर की आ, असी जिहड़ी साडा स्पिरिचुअल ग्रोथ किस तरह, साडा स्पिरिचुअल लैवल किवें अबव जाए, किवें उपर, किवें इंप्रूव कर सकते हैगे। इस शब्द नू व्याख्या की हुई है भाई गुरदास जी ने वार दे विच, किहड़ा शब्द आ, शब्द हैगा गुरु सतगुर का जो सिख खाए सो भलके उठ हर नाम त्यावै, उद्यम करे भलके प्रभाती, इशनान करे अमृत सरन आवै, उपदेश गुरु हर हर जप जापै, सब किलबिख पाप दोख लै जावै, फिर चढ़े दिवस गुरबाणी गावै, बहिंद्या उठद्या हर नाम त्यावै, जो सास ग्रास त्याए मेरा हर हर, सो गुरसिख गुरु मन पावै, जिसनु दयाल होवै मेरा स्वामी, तिस गुरसिख गुरु उपदेश सुनावै, जन नानक धूड़ मंगे तिस गुरसिख की, जो आप जपै अवरै नाम जपावै। भाई गुरदास जी ने उस शब्द की व्याख्या जिहड़ा उन्हों एक्सप्लेन किया इस पौड़ी। भाई गुरदास जी की कहिंदे, गुरसिख भलके उठ कर अमृत वेले सर ना पैंदा, उठ के सवेरे इशनान करता, उदों सरोवर हुंदे सी, अपने अंग वाशरूम नहीं सी बने हुंदे, नहरां ते सरोवरां च इशनान किया जाता सी। गुर कै बचन उचार कै धर्मसाल की सुरत करंदा, गुरु के बचन की आ, गुरु का मंत्र नितनेम, फिर धर्मसाल की सुर, धर्म गुरद्वारा साहब नूं धर्मसाल कहा जाता सी, धर्मसाल की सुरत करंदा, उत्थे जाके अपनी सुरती नूं जोड़दा, साध संग विच जाए कह गुरबाणी दे प्रीत सुनंदा, सतसंगत विच जांदा, फिर उत्थे गुरबाणी नूं प्रीत नाल सुनदा आ। प्रीत नाल सुनना हुंदा कि जिहड़ी गुरबाणी की थुक आ रही आ उहनूं अपने नाल रखना, अपने कोल लैके जाना, शंका मनों मिटाए कह गुरसिखां की सेव करन दा, फिर अपने च कोई मन च शंका नहीं रखता भी वह मन्ना नहीं बोलता, नाराज़ आ, उन्हें मैं गुस्से में, इदा की चीज़ नहीं है। जदों सेवा करनी फिर कोई नहीं, उत्थे आ गया फिर तो गुरु की संगत विच, संगत विच तां चोर भी आ सकता है, संगत विच साध भी आ सकता है, उत्थे कोई इस तरह की भावना नहीं रखनी हैगी। किरत विरत कर धर्म की, लै प्रसाद आण वरतन दा, किरत विरत करदा धर्म की, लै प्रसाद आण वरतन दा, अपना दसवंध कढ़दा आ, लियाण के घरों बना के लियांदा आ, खाण नूं दिंदा, गुरसिखां नूं दे कर पिछों बचिया आप कमांदा। भावना देखो किड्डी है, पहलां गुरसिखां नूं देना है, जे बच गया मैं खाऊंगा, गुरसिखां नूं देना है। दसवंध बहुत ज़्यादा जरूरी है, बहुत ज़्यादा जरूरी है। फिर की आ, गुरसिखां नूं देकर पिछों बचाव, कली काल प्रगास कर गुर चेला, चेला गुरसंदा। इस कलयुग दे विच एक होर करामात करता, करामात हुंदी उहदे नाल, की हुंदे आ, कली काल प्रगास कर, उहदे अंदर जोत दा प्रकाश हुंदा, सिमरन भजन बंदगी नाल, सिमरन नाल, भगती नाल, उहदे अंदर प्रकाश हुंदा जोत दा, फिर उहदे विच ते गुरु विच कोई भेद नहीं रह जांदा, क्योंकि गुरु साडा जोत आ। गुरमुख गाडी राह चलता, गाडी राह हुंदा आ, जदों खेतों के जिथे मिट्टी होवे उतों गड्डा नहीं तुरदा, बलदा नाल जाते होंगे सके, खोतियां दे नाल, घोड़ियां दे नाल गड्डे तोरते होंगे सी, उत्थे फिर एक खाली गड्डा पहला लै जाना, खाली गड्डा लै जाना, वह राह बन जाना, तो दूसरों ने सारे ने उहदे मगर मगर जाना, वो जितों की गया होना, बलदा ने उत्थे पैर रखी जाने, घोड़िया ने उत्थे पैर रखी जाने, तुरी जाने, उन्होंने गाडी राह कहिंदे आ। उहदे नाल की हुंदा कि भार जिन्ना मर्जी चक्या होवे सौखा हो जाता, एक तो मिट्टी बह जाती सी, तो गुरसिख का यह फर्ज आ, की करता आ कि अपने सिर पर भार चक के अगे तुरदा आ, जिहड़े उहदे पिछे जाण वाले आ, उहदे परिवारक मैंबर आ, उहदे गुर भाई आ, उहदे होर समाज आ, उहदे पिछे तुरदा आ, तो उहनां नूं सौखा लगता भी आह रस्ता सौखा हैगा, अपना रस्ता दिखालदा गुरमत दा। वर्च्यूज़ किस तरह के गुण जिहड़े आ साडे अंदर, किस तरह दीआं चीज़ां होणीआं चाहीदीआं, हुंदा की आ कि उदों जदों असीं कोई शब्द बोलदे हाँ जिहड़ी साडे अंदर पई हुंदी आ जांदी आ। गुरु साहब की कहिंदे, जो जी होए सो उगवै, मूँह का कहे वाह,
whatever in his mind, what ki hunda comes forth, spoken word by themselves are just wine. Matlab kehn to ke jehda sade andar pya ohi sade andar bahar hona. Jadon assi koi kam kar jehdi cheez sade ko andar hogi na, tusi apne jithe pyara hoga sab to pehla oh cheez dassoge jehdi cheez sade andar pai ho. ते जे साडे अंदर सिमरन अभ्यास नाम भजन बंदगी कुरबाणी होगा फिर वो चीज़ निकलूगी, फिर तो प्यार ही निकलना जी. बीजे बिख मंगे अमृत वेखो ये न्याओ, ये कितना हो सकता हैगा कि ही सोज सीज पॉइजन, सी सोज सीज ऑफ पॉइजन एंड डिमांड एंड अमृत. तो यह किमें हो सकता भी वो कुछ बीजा हो रहा तो निकले कुछ होर. इस करके सानू बीजना भी उही पैना आ, बीजना भी उही पैना आ. तो होर की चीज़ करनी पैनी है, गुरु साहब कहते एक पति पत्नी दे हसबेंड वाइफ दे लिए कि चीज़ जरूरी हैगी आ. ये बाबा फरीद जी दे नाल जुड़ी हुई साखी सुनाते होंगे गुरमुख प्यारे, वो कहते कि एक बीबी बाबा फरीद जी दे कोल, क्योंकि उस वेले जिहड़ी समाज सीगा